ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਟੀਵੀ ਦੇਖ ਰਹੇ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਮ ਰਹੀਮ ਦੇ ਨਾਲ ਜੁੜੀ ਹੋਈ ਡੇਰਾ ਮੁਖੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਪਰੋਲ ਤੇ ਬਾਹਰ ਆਇਆ ਇੱਕ ਮੁਜਰਮ ਜਿਸ ਦੇ ਉੱਤੇ ਬਲਾਤਕਾਰ ਦੇ ਕਤਲ ਦੇ ਦੋਸ਼ ਹੋਣ ਸਜ਼ਾ ਮਿਲੀ ਹੋਵੇ ਉਹ ਬਾਹਰ ਆ ਕੇ ਪਰੋਲ ਤੇ ਕਿਸ ਤਰੀਕੇ ਪ੍ਰਚਾਰ ਕਰ ਸਕਦਾ ਹੈ ਸਤ ਸੰਗ ਕਰ ਸਕਦਾ ਹੈ ਹੋਰ ਤਾਂ ਹੋਰ ਗਾਣਾ ਰਿਲੀਜ਼ ਕਰ ਸਕਦਾ ਹੈ ਦੀਵਾਲੀ ਦੇ ਮੌਕੇ ਰਾਮ ਰਹੀਮ ਵੱਲੋਂ ਇੱਕ ਗੀਤ ਇੱਕ ਗਾਣਾ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਸਵਾਲ ਉੱਠਦੇ ਲਗਾਤਾਰ ਨਜ਼ਰ ਆ ਰਹੇ ਨੇ ਤੇ ਇਸ ਵਾਰ ਸਵਾਲ ਕਿਸੇ ਹੋਰ ਵੱਲੋਂ ਨਹੀਂ ਬਲਕਿ ਇੱਕ ਭਾਜਪਾ ਮੰਤਰੀ ਵੱਲੋਂ ਹੀ ਚੁੱਕਲੇ ਗਏ ਨੇ ਸਵਾਲ ਚੁੱਕਿਆ ਗਿਆ ਜਦੋਂ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਕਿਤੇ ਨ ਕਿਤੇ ਮੰਤਰੀ ਨੂੰ ਵੀ ਜਵਾਬ ਨਹੀਂ ਆਇਆ ਤੇ ਜਵਾਬ ਤੋਂ ਭੱਜਦੇ ਭੱਜਦੇ ਅਜਿਹਾ ਹੀ ਜਵਾਬ ਦੇ ਦਿੱਤਾ ਜੋ ਕਿ ਖੁਦ ਆਪਣੇ ਆਪ ਤੇ ਸਵਾਲ ਬਣਦਾ ਨਜ਼ਰ ਆਇਆ ਹਰਿਆਣੇ ਤੋਂ ਮੰਤਰੀ ਅਨਿਲ ਵਿਜ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਰਾਮ ਰਹੀਮ ਜੋ ਕਿ ਇੱਕ ਕਾਤਲ ਹੈ ਜੋ ਕਿ ਬਲਾਤਕਾਰ ਦੇ ਦੋਸ਼ ਜਿਸ ਉੱਤੇ ਲੱਗੇ ਹੋਏ ਨੇ ਉਪਰੋਲ ਤੇ ਬਾਹਰ ਆ ਕੇ ਗਾਣੇ ਰਿਲੀਜ਼ ਕਰ ਰਿਹਾ ਹੈ ਕੀ ਅਜਿਹਾ ਜਾਇਜ਼ ਹੈ ਕਿ ਇਹ ਕਾਨੂੰਨ ਹੈ ਕੋਈ ਅਪਰਾਧੀ ਗਾਣੇ ਰਿਲੀਜ਼ ਕਰ ਸਕਦਾ ਹੈ ਸੱਤ ਸੰਗ ਕਰ ਸਕਦਾ ਤੇ ਸਵਾਲ ਉੱਤੇ ਅਨਿਲ ਵਿਜ ਕਿਰਦੇ ਨਜ਼ਰ ਆਏ ਤੇ ਜਵਾਬ ਦੇ ਦਿੱਤਾ ਕਿ ਜੇਲ ਮੈਨੂਅਲ ਮੈਨੂੰ ਵੇਖਣਾ ਪਏਗਾ ਯਾਨੀ ਕਿ ਜੋ ਸਰਕਾਰ ਦੇ ਚੁਣੇ ਹੋਏ ਨਮਾਇंदे ਨੇ ਮੰਤਰੀ ਨੇ ਉਹਨਾਂ ਨੂੰ ਇਸ ਕਾਨੂੰਨ ਬਾਰੇ ਹਲੇ ਪਤਾ ਨਹੀਂ ਕਿ ਪ੍ਰਚਾਰ ਕੀਤਾ ਜਾ ਸਕਦਾ ਹੈ ਅਪਰਾਧੀ ਵੱਲੋਂ ਗਾਣਾ ਰਿਲੀਜ਼ ਕੀਤਾ ਜਾ ਸਕਦਾ ਹੈ ਜਾਂ ਫਿਰ ਨਹੀਂ ਅਨਿਲ ਵਿਜ ਦਾ ਘਟੋ ਘਾਟੇ ਮੰਨਣਾ ਸੀ ਕਿ ਜੇਲ ਮੈਨੂਅਲ ਦੇ ਤਹਿਤ ਹੀ ਪਰੋਲ ਦਿੱਤੀ ਗਈ ਹੈ ਜੇਲ ਮੈਨੂਅਲ ਦੇ ਵਿੱਚ 70 ਦਿਨਾਂ ਦੀ ਪਰੋਲ ਦਾ ਜਿਹੜਾ ਕੀ ਹੈ ਪਰਮਿਸ਼ਨ ਹੁੰਦੀ ਆ ਆਗਿਆ ਹੁੰਦੀ ਆ 30 ਦਿਨਾਂ ਦੀ ਪਰੋਲ ਜੂਨ ਜੁਲਾਈ ਦੇ ਮਹੀਨੇ ਰਾਮ ਰਹੀਮ ਲੈਂਦਾ ਤੇ ਬਾਕੀ 40 ਦਿਨ ਉਸਤੇ ਪਏ ਸੀ ਜੋ ਕਿ ਉਸ ਨੂੰ ਪਰੋਲ ਦਿੱਤੀ ਗਈ ਆ ਪਰ ਕੀ ਰਾਮ ਰਹੀਮ ਬਾਹਰ ਆ ਕੇ ਗਾਣਾ ਰਿਲੀਜ਼ ਕਰ ਸਕਦਾ ਹੈ ਪ੍ਰਚਾਰ ਕਰ ਸਕਦਾ ਹੈ ਇਸ ਉੱਤੇ ਸਵਾਲ ਖੜੇ ਹੋਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਲ ਮੈਨੂਅਲ ਹੀ ਵੇਖਣਾ ਪਏਗਾ ਮੈਨੂੰ ਵੀ ਇਸ ਦੇ ਬਾਰੇ ਡਿਟੇਲ ਨਹੀਂ ਪਤਾ ਜੇਲ ਮੈਨੂਅਲ ਵੇਖ ਕੇ ਹੀ ਪਤਾ ਲੱਗੇਗਾ ਯਾਨੀ ਕਿ ਆ ਪਾਸਪਾਸ ਸਰਕਾਰ ਆਦੇ ਮੰਤਰੀ ਦੇ ਨਮਾਇੰਦੇ ਅਨਿਲ ਵਿੱਚ ਦਾ ਕਹਿਣਾ ਹੈ ਕਿ ਜੇਲ ਮੈਨੂਅਲ ਉਹਨਾਂ ਨੂੰ ਵੇਖ ਕੇ ਹੀ ਪਤਾ ਲੱਗੇਗਾ ਜਿੱਥੇ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਆਮ ਤੌਰ ਤੇ ਜੇਕਰ ਕਿਸੇ ਉੱਤੇ ਅਜਿਹੇ ਸੰਗੀਨ ਅਪਰਾਧਾਂ ਦੇ ਦੋਸ਼ ਲੱਗੇ ਹੋਣ ਜਿਨ੍ਹਾਂ ਦੇ ਵਿੱਚ ਜ਼ਬਰ ਜਨਾਹ ਆਉਂਦਾ ਹੋਵੇ ਜਿਨ੍ਹਾਂ ਦੇ ਵਿੱਚ ਕਤਲ ਆਉਂਦਾ ਹੋਵੇ ਤਾਂ ਅਜਿਹੇ ਦੋਸ਼ਾਂ ਵਾਲੇ ਮੁਜਰਮ ਨੂੰ ਅਜਿਹੇ ਦੋਸ਼ਾਂ ਵਾਲੇ ਮੁਜਰਮ ਨੂੰ ਲੋਕਾਂ ਦੇ ਨਾਲ ਜਿਹੜਾ ਕੀ ਹੈ ਮਿਲਣ-ਗਿਲਣ ਨਹੀਂ ਦਿੱਤਾ ਜਾਂਦਾ ਜੇਕਰ ਕਿਸੇ ਕੇਸ ਦੇ ਵਿੱਚ ਉਸ ਨੂੰ ਪਰੋਲ ਮਿਲ ਵੀ ਜਾਂਦੀ ਹੈ ਤਾਂ ਉਸ ਤੇ ਕਈ ਸਾਰੀਆਂ ਹਦਾਇਤਾਂ ਕਈ ਸਾਰੀਆਂ ਰੋਕਾਂ ਲਾਗੂ ਹੁੰਦੀਆਂ ਨੇ ਪਰ ਰਾਮ ਰਹੀਮ ਦੇ ਮਸਲੇ ਦੇ ਵਿੱਚ ਕਿਵੇਂ ਲਗਾਤਾਰ ਹਰ ਰੋਜ਼ satsang ਵੀ ਕੀਤਾ ਜਾ ਰਿਹਾ ਹੈ ਪ੍ਰਚਾਰ ਕੀਤਾ ਜਾ ਰਿਹਾ ਆਨਲਾਈਨ ਮਾਧਿਅਮ ਰਾਹੀਂ satsang ਹੋ ਰਹੇ ਨੇ ਦੂਜੇ ਪਾਸੇ ਗਾਣਾ ਰਿਲੀਜ਼ ਕੀਤਾ ਗਿਆ ਦੀਵਾਲੀ ਦੇ ਮੌਕੇ ਰਾਮ ਰਹੀਮ ਵੱਲੋਂ ਇੱਕ ਗੀਤ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਲੈ ਕੇ ਸਵਾਲ ਖੜੇ ਹੋਣੇ ਜਿਹੜੇ ਨੇ ਸੁਭਾਵਿਕ ਨੇ ਤੇ ਵੱਖ-ਵੱਖ ਲੋਕਾਂ ਦੇ ਤਪਕੇ ਵੱਲੋਂ ਪਰੋਲ ਤੇ ਹੀ ਪਹਿਲਾ ਤਾਂ ਸਵਾਲ ਖੜੇ ਹੋ ਰਹੇ ਸੀ ਕਿ ਪਰੋਲ ਕਿਸ ਤਰੀਕੇ ਦੇ ਦਿੱਤੀ ਗਈ ਜੇਕਰ ਮੁਜਰਮ ਇੰਨੇ سنگੀਨ ਅਪਰਾਧਾਂ ਦੇ ਅਧੀਨ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਪਰੋਲ ਕਿਵੇਂ ਦੇ ਦਿੱਤੀ ਗਈ ਇੰਨਾ ਹੀ ਨਹੀਂ ਜਿੱਥੇ ਗਾਣੇ ਰਿਲੀਜ਼ ਹੋ ਰਹੇ ਨੇ ਜਿੱਥੇ satsang ਹੋ ਰਹੇ ਨੇ ਉੱਥੇ ਹੀ ਲੋਕ ਤਾਂ ਪਹੁੰਚ ਹੀ ਰਹੇ ਨੇ ਆਮ ਬਸ਼ਿੰਦੇ ਪਹੁੰਚ ਹੀ ਰਹੇ ਨੇ ਆਨਲਾਈਨ ਮਾਧਿਅਮ ਰਾਹੀਂ ਹਾਜ਼ਰੀ ਲਵਾ ਹੀ ਰਹੇ ਨੇ ਬਲਕਿ ਭਾਜਪਾ ਆਗੂ ਵੀ ਕਈ ਸਾਰੇ ਭਾਜਪਾ ਆਗੂ ਵੀ ਆਨਲਾਈਨ ਮਾਧਿਅਮ ਰਾਹੀਂ ਰਾਮ ਰਹੀਮ ਦੇ satsang ਚ ਪਹੁੰਚ ਕੇ ਉਹਨਾਂ ਨੂੰ ਹਾਜ਼ਰੀ ਵੀ ਲਵਾ ਰਹੇ ਨੇ ਪਿਤਾ ਜੀ ਕਹਿ ਕੇ ਸੰਬੋਧਨ ਕਰਦੇ ਵੀ ਨਜ਼ਰ ਆ ਰਹੇ ਨੇ ਫਿਰ ਭਾਵੇਂ ਉਹ ਹਰਿਆਣਾ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਹੋਣ ਜਾਂ ਫਿਰ ਕਰਨਾਲ ਦੀ ਮੇਅਰ ਰੇਨੂ ਬਾਲਾ ਹੋਣ ਜੋ ਕਿ ਆਨਲਾਈਨ ਮਾਧਿਅਮ ਰਾਹੀਂ ਰਾਮ ਰਹੀਮ ਦੇ ਨਾਲ ਬਾਰਤਾਲਾਪ ਕਰਦੇ ਨਜ਼ਰ ਆਏ ਸੀ ਚੱਲਦੇ satsang ਦੇ ਦੌਰਾਨ ਉਹਨਾਂ ਨੂੰ ਪਿਤਾ ਜੀ ਕਹਿ ਕੇ ਅਸ਼ੀਰਵਾਦ ਮੰਗਦੇ ਵੀ ਨਜ਼ਰ ਆਏ ਸੀ ਤਾਂ ਹਰਿਆਣਾ ਤੋਂ ਭਾਜਪਾ ਮੰਤਰੀ ਸਵਾਲਾਂ ਦੇ ਵਿੱਚ ਕਿਰੇ ਨੇ ਜਦੋਂ ਪੁੱਛਿਆ ਗਿਆ ਕਿ ਰਾਮ ਰਹੀਮ ਇੱਕ ਅਪਰਾਧੀ ਜੋ ਕਿ ਪਰੋਲ ਤੇ ਬਾਹਰ ਹੈ ਕੀ ਉਹ ਗਾਣੇ ਰਿਲੀਜ਼ ਕਰ ਸਕਦਾ ਹੈ ਕੀ ਉਹ ਪ੍ਰਚਾਰ ਕਰ ਸਕਦਾ ਹੈ ਕੀ ਉਹ ਸੱਤ ਸੰਗ ਕਰ ਸਕਦਾ ਹੈ ਤਾਂ ਨਿਲ ਵਿੱਚ ਕਿਰਦੇ ਨਜ਼ਰ ਆਏ ਆ ਉਹਨਾਂ ਦੇ ਕੋਲੋਂ ਸ਼ਬਦ ਖੁੰਝਦੇ ਨਜ਼ਰ ਆਏ ਤੇ ਕਹਿ ਦਿੱਤਾ ਕਿ ਜੇਲ ਮੈਨੂਅਲ ਵੇਖਣਾ ਪਏਗਾ ਪਰੋਲ ਮਿਲੀ ਹੈ ਤਾਂ ਜੇਲ ਮੈਨੂਅਲ ਦੇ ਤਹਿਤ ਮਿਲੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਪਰੋਲ ਦੇ ਵਿੱਚ ਕੀ ਇਹ ਪਰਮਿਸ਼ਨ ਹੈ ਜੇਲ ਮੈਨੂਅਲ ਦੇ ਵਿੱਚ ਪਰਮਿਸ਼ਨ ਹੈ ਕਿ ਨਹੀਂ ਪ੍ਰਚਾਰ ਦੀ ਗਾਣੇ ਰਿਲੀਜ਼ ਕਰਨ ਦੀ ਇਹ ਤਾਂ ਸਾਨੂੰ ਦੇਖਣਾ ਪਏਗਾ ਹਲੇ ਇਸ ਬਾਰੇ ਸਾਨੂੰ ਗਿਆਨ ਨਹੀਂ ਹੈ ਅਨਿਲ ਵਿਜ ਇਹ ਕਹਿ ਕੇ ਜਿਹੜਾ ਕੀ ਹੈ ਜਵਾਬ ਦੇਣ ਤੋਂ ਕਿਤੇ ਨਾ ਕਿਤੇ ਭੱਜਦੇ ਨਜ਼ਰ ਜ਼ਰੂਰ ਆਏ ਦੂਜੇ ਪਾਸੇ ਰਾਮ ਰਹੀਮ ਲਗਾਤਾਰ ਪ੍ਰਚਾਰ ਵੀ ਕਰ ਰਿਹਾ ਹੈ ਯੂਪੀ ਦੇ ਇੱਕ ਆਸ਼ਰਮ ਦੇ ਵਿੱਚੋਂ ਲਗਾਤਾਰ ਪ੍ਰਚਾਰ ਵੀ ਕੀਤਾ ਜਾ ਰਿਹਾ ਹਰ ਰੋਜ਼ ਆਨਲਾਈਨ ਮਾਧਿਅਮ ਰਾਹੀਂ satsang ਵੀ ਹੋ ਰਿਹਾ ਤੇ ਦੀਵਾਲੀ ਦੇ ਮੌਕੇ ਗੀਤ ਵੀ ਰਿਲੀਜ਼ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਮੇਰੀ ਲਿਖੀ